ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਦੀ ਚੈਲੰਜ ਵੀਡੀਓ ਵਿੱਚ। ਅਤੇ ਅੱਜ ਦਾ ਚੈਲੰਜ ਭਰਾ ਸਾਡਾ ਦੱਸੂਗਾ ਕੀ ਚੈਲੰਜ ਆ ਭਰਾ ਅੱਜ। 1 ਰੁਪਏ ਤੋਂ 1000 ਤੱਕ ਲੈ ਜਾਣਾ। ਬਿਲਕੁਲ, 1 ਰੁਪਇਆ ਆ ਆਪਣੇ ਕੋਲ, ਠੀਕ ਆ। ਇਹਨੂੰ ਆਪਾਂ 1000 ਰੁਪਏ ਤੱਕ ਲੈ ਕੇ ਜਾਣਾ ਆ, ਮਤਲਬ ਆਪਾਂ 1 ਰੁਪਏ ਤੋਂ ਸਟਾਰਟ ਕਰਦਾ ਕੋਈ ਚੀਜ਼ਾਂ ਲੈ ਕੇ ਉਹਨੂੰ ਆਪਾਂ ਅੱਗੇ ਵੇਚਾਂਗੇ, ਅਤੇ ਉਹਨੂੰ 1000 ਰੁਪਏ ਤੱਕ ਲੈ ਕੇ ਜਾਣਾ। ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਆ, ਐਂਡ ਤੱਕ ਬਣੇ ਰਹੋ ਅਤੇ ਆ ਜਾਓ ਯਾਰ ਚੈਨਲ ਸਟਾਰਟ ਕਰੀਏ ਫਿਰ। ਅਤੇ ਹੁਣ ਆਪਾਂ ਆ ਗਏ ਹਾਂ ਸ਼ੋਪ 'ਤੇ, ਅਤੇ ਪਹਿਲਾਂ ਆਪਾਂ 1 ਰੁਪਏ ਦੀ ਪਹਿਲਾਂ ਟੋਫੀ ਲਾਉਂਗੇ, ਅਤੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ ਵਾ। ਆ ਜਾਓ। ਸਤਿ ਸ਼੍ਰੀ ਅਕਾਲ ਅੰਕਲ, 1 ਰੁਪਏ ਦੀ ਕੋਈ ਟੋਫੀ ਹੈਗੀ? 1 ਰੁਪਏ ਦੀ ਕਿਹੜੀ ਆ, ਕਿਹੜੀ ਮਿਲ ਜਾਏਗੀ? ਦੂਜੀ ਦੋ ਭਾਅ ਜੀ ਕੋਈ। ਹਾਂਜੀ, ਮੈਲੋਡੀ ਆ ਗਈ, ਠੀਕ ਹੈ। 1 ਦੇ ਦਿਓ। 1 ਰੁਪਏ ਟੋਫੀ ਆਪਾਂ ਮਿਲ ਗਈ ਆ ਸਾਨੂੰ, ਠੀਕ ਆ। ਹੈਲੋ, ਠੀਕ ਹੈ, ਆ ਜਾਓ। ਹੁਣ ਆਪਾਂ ਬੇਸਿਕਲੀ ਕੀ ਕਰਨਾ, 1 ਰੁਪਏ ਦੀ ਟੋਫੀ ਨੂੰ ਆਪਾਂ ਅੱਗੇ ਵੇਚਣਾ ਆ। ਆਪਾਂ ਸੋਚ ਸਕਦੇ ਮਤਲਬ ਵੱਧ ਤੋਂ ਵੱਧ 5 ਰੁਪਏ ਤੱਕ ਅੱਗੇ ਵੇਚੇ ਤਾਂ ਵੀ ਅੱਗੇ ਸਾਨੂੰ ਪ੍ਰੋਫਿਟ ਹੋਵੇ। ਅਤੇ ਆ ਜਾਓ, ਦੇਖਦੇ ਹਾਂ ਕੋਈ ਲੈਂਦਾ ਕੀ ਹੈ ਨਹੀਂ। ਸਤਿ ਸ਼੍ਰੀ ਅਕਾਲ ਭਾਅ ਜੀ, ਭਾਅ ਜੀ ਟੋਫੀ ਖਰੀਦੂਗੇ? ਇੱਕ ਚੈਲੰਜ ਬਣ ਰਿਹਾ ਭਾਅ ਜੀ, 1 ਰੁਪਏ ਤੋਂ 500 ਰੁਪਏ ਤੱਕ ਲੈ ਕੇ ਜਾਣਾ, ਟੋਫੀ ਖਰੀਦੂਗੇ ਇੱਕ 5 ਰੁਪਏ ਦੀ? ਚੈਲੰਜ ਭਾਅ ਜੀ, ਚੈਲੰਜ ਯੂਟਿਊਬ 'ਤੇ ਵੀਡੀਓ ਬਣਾਉਂਦੇ ਪਏ, ਇਹ 1 ਰੁਪਏ ਟੋਫੀ। ਹਾਂਜੀ, ਉਹ ਵੀਡੀਓ ਬਣਦੀ ਜੀ, ਸਮਝੇ। 1 ਰੁਪਏ ਨੂੰ ਆਪਾਂ 1 ਰੁਪਏ ਸਟਾਰਟ ਕੀਤਾ, 1 ਰੁਪਏ ਟੋਫੀ ਲਈ, ਹੁਣ 5 ਦੀ ਅੱਗੇ ਚੀਜ਼ ਹੋਰ ਲੈ ਕੇ ਅੱਗੇ ਵੇਚਣੀ, 500 ਰੁਪਏ ਤੱਕ ਲੈ ਕੇ ਜਾਣਾ। ਚੈਲੰਜ ਵੀਡੀਓ ਬਣਦੇ ਜੀ, ਗੂਗਲ ਪੇ ਨਹੀਂ ਭਾਅ ਜੀ, ਉੱਦਾਂ ਹੋਵੇ ਕੋਈ ਸਿੱਕਾ ਸੁੱਕਾ। 10 ਰੁਪਏ ਲੈ ਲਈਏ, ਚਲੋ ਭਾਈ ਨੇ 10 ਰੁਪਏ ਦੇ ਦਿੱਤੇ ਆ, ਹੁਣ ਇਹ ਤੋਂ ਅੱਗੇ ਜਾ ਕੇ ਦੇਖਦੇ ਕੀ ਕਰਨਾ। ਥੈਂਕ ਯੂ ਭਾਅ ਜੀ, ਬਹੁਤ ਥੈਂਕ ਯੂ ਅੰਕਲ ਜੀ, ਠੀਕ ਆ ਜੀ। ਅਤੇ 10 ਰੁਪਏ ਮਿਲ ਗਏ ਅੰਕਲ, 1 ਰੁਪਏ ਦੀ ਟੋਫੀ 10 ਰੁਪਏ 'ਚ ਲੈ ਲਈ, ਚਲੋ ਬਹੁਤ ਵਧੀਆ, ਹੁਣ ਅੱਗੇ ਜਾ ਕੇ ਦੇਖਦੇ ਆਪਾਂ ਕੀ ਕਰਨਾ। ਅਤੇ ਹੁਣ ਸਾਨੂੰ 10 ਰੁਪਏ ਮਿਲੇ ਆ, ਹੁਣ 10 ਰੁਪਏ ਨੂੰ ਆਪਾਂ ਡਬਲ ਕਰਨਾ ਹੈ। ਪਹਿਲਾਂ ਇਹ ਚੋਕਲੇਟ ਲਵਾਂਗੇ 10 ਰੁਪਏ ਦੀ ਕੋਈ, ਫਿਰ ਉਹਨੂੰ ਅੱਗੇ ਦੇਖਦੇ ਹਾਂ। ਆ ਜਾਓ, ਭਾਜੀ ਸਤਿ ਸ਼੍ਰੀ ਅਕਾਲ ਭਾਜੀ। ਭਾਈ 10 ਰੁਪਏ ਦੀ ਕੋਈ ਚੋਕਲੇਟ ਹੈਗੀ? ਕੋਈ 10 ਰੁਪਏ ਦੀ ਕਿਹੜੀ ਕਿਹੜੀ 10 ਰੁਪਏ ਦੀ ਹੈਗੀ ਕੋਈ ਚੋਕਲੇਟ? ਮੰਚ ਹੈ ਨਹੀਂ ਗੀ? 5 ਵਾਲੀ 2 ਦੇ ਦਿਓ ਫਿਰ, 5 ਵਾਲੀਆਂ 2 ਲੈਂਦੇ ਹਾਂ ਮੰਚ। ਹੁਣ ਇਹਨੂੰ ਆਪਾਂ ਅੱਗੇ ਦੇਖਣਾ ਹੈ, ਅੱਗੇ ਆਪਾਂ ਇਹਨੂੰ ਕਿੰਨੇ ਦੀ ਵੇਚਾਂਗੇ। ਅਤੇ ਆ ਜਾਓ। ਸਤਿ ਸ਼੍ਰੀ ਅਕਾਲ ਭਾਜੀ, ਚੋਕਲੇਟ ਲਉਂਗੇ ਭਾਜੀ? ਕਿੰਨੇ ਦੀ? 10 ਰੁਪਏ ਦੀ, 10 ਰੁਪਏ ਦੀ ਇੱਕ। 10 ਰੁਪਏ ਹੈਗੇ 10 ਰੁਪਏ? 10 ਰੁਪਏ ਭਾਜੀ ਲਉਂਗੇ ਚੋਕਲੇਟ ਇੱਕ? ਰੁਪਈਆ ਵੀ ਨਹੀਂ, ਚਲੋ ਕੋਈ ਗੱਲ ਨਹੀਂ, ਅੱਗੇ ਟਰਾਈ ਕਰਦੇ ਹਾਂ ਯਾਰ। ਆ ਜਾਓ। ਸਤਿ ਸ਼੍ਰੀ ਅਕਾਲ ਭਾਜੀ, ਚੋਕਲੇਟ ਲਉਂਗੇ ਇੱਕ? ਹਾਂਜੀ, 10 ਰੁਪਏ ਦੀ ਲੈ ਲਓ ਯਾਰ, ਵੀਡੀਓ ਬਣਦੀ ਵੀ ਆ। 10 ਰੁਪਏ ਦੀ ਇੱਕ ਹੋਰ ਲੈ ਲਓ, ਇੱਕ ਹੋਰ 10 ਰੁਪਏ ਦੀ ਗੱਲ ਆ। ਬਹੁਤ ਬਹੁਤ ਥੈਂਕ ਯੂ ਯਾਰ ਭਾਈ ਤੁਹਾਡਾ, ਮੈਂ ਕਿਹਾ ਸੀਗਾ ਨਾ ਟਰਾਈ ਕਰਕੇ ਦੇਖਦੇ ਹਾਂ, ਹੁਣ ਸਾਨੂੰ 20 ਰੁਪਏ ਮਿਲ ਗਏ ਆ, ਅਤੇ ਹੁਣ ਇਹਨੂੰ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕੀ ਕਰਨਾ ਆ। 1 ਰੁਪਏ ਤੋਂ ਸਟਾਰਟ ਕੀਤਾ ਸੀਗਾ ਅਤੇ ਹੁਣ 20 ਰੁਪਏ ਹੋ ਗਏ ਆ। ਅੱਛਾ, ਹੁਣ ਇੱਦਾਂ ਦੀ ਕੀ ਚੀਜ਼ ਲਈਏ ਆਪਾਂ ਇਹਨੂੰ ਅੱਗੇ ਵੇਚ ਕੇ ਉਹਨੂੰ ਡਬਲ ਕਰ ਸਕੀਏ, ਕੀ ਲਈਏ ਯਾਰ ਹੁਣ? ਕਾਪੀ ਪੈਨ ਲਈਏ। ਹਾਂ, ਸ਼ੋਪ ਵੀ ਇੱਧਰ ਹੈਗੀ ਆ, ਅਤੇ ਹੁਣ ਆਪਾਂ ਲੈਣਾ ਹੈ ਕਾਪੀ ਅਤੇ ਪੈੱਨ, ਅਤੇ ਇੱਕ ਕਾਪੀ 10 ਰੁਪਏ ਦੀ ਕਾਪੀ ਲੈ ਲੈਂਦੇ, 10 ਰੁਪਏ ਦਾ ਇੱਕ ਪੈੱਨ ਲੈ ਲੈਂਦੇ ਹਾਂ, ਹੈ ਨਾ।
ਤੇ ਕਾਪੀ ਫਿਰ ਆਪਾਂ ਵੇਚਾਂਗੇ 20 ਰੁਪਏ ਦੀ ਜਾਂ ਫਿਰ 15 ਰੁਪਏ ਜਿੰਨੇ ਵੇਚਦੀ, ਪਰ 10 ਰੁਪਏ ਦੀ ਨਹੀਂ ਵੇਚਣੀ ਆਪਾਂ, ਠੀਕ ਆ। ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲੈਂਦੇ ਹਾਂ, ਉਹ ਵੀ ਨਾਲ ਦੇਖੋ। ਠੀਕ ਆ, ਸਤਿ ਸ਼੍ਰੀ ਅਕਾਲ ਭਾਅ ਜੀ, ਇੱਕ ਕਾਪੀ ਪੈਨ ਦਿਓ। ਦੱਸੋ ਦੱਸੋ ਆ ਲੈ ਯਾਰ, ਕਾਪੀ ਪੈਨ ਲੈ ਇੱਕ, ਉਹ ਬਾਅਦ ਖਾਣ ਵਾਲੀ ਚੀਜ਼ ਕੋਈ ਨਹੀਂ, ਬਾਅਦ 'ਚ ਖਾਂਦੇ ਕੋਈ ਨਹੀਂ। 10 ਵਾਲੀ ਭਾਅ ਜੀ ਕਾਪੀ ਦਿਓ ਇੱਕ, ਅਤੇ 10 ਵਾਲਾ ਇੱਕ ਪੈਨ ਦੇ ਦਿਓ। ਪੈਨ ਕਿਹੜਾ ਭਾਅ ਜੀ? ਬੋਲ। ਅਤੇ ਕਾਪੀ ਪੈਨ ਹੁਣ ਲੈ ਲਿਆ ਵਾ, ਅਤੇ ਹੁਣ ਆਪਾਂ ਦੇਖਦੇ ਹਾਂ ਇਹਨੂੰ ਆਪਾਂ ਅੱਗੇ ਕਿਹਨੂੰ ਵੇਚਣਾ। ਯਾਰ ਕੋਈ ਲਊਗਾ ਕਾਪੀ ਪੈਨ ਇਹ? ਚਲੋ ਕੋਸ਼ਿਸ਼ ਕਰਦੇ ਹਾਂ ਕਿ ਆ ਕਾਪੀ ਪੈਨ ਆਪਾਂ ਵੇਚੀਏ ਕਿਸੇ ਨੂੰ, ਅਤੇ ਲੱਭਦੇ ਹਾਂ ਆਪਾਂ ਕਿਹਨੂੰ ਵੇਚੀਏ। ਅਤੇ ਹੁਣ ਫਾਈਨਲੀ ਕਾਪੀ ਪੈਨ ਲੈ ਲਿਆ ਆ, ਅਤੇ ਹੁਣ ਯਾਰ ਦੇਖਦੇ ਹਾਂ ਇੱਥੇ ਕੋਈ ਲਊਗਾ। ਮੈਨੂੰ ਅੰਕਲ ਦੱਸਦੇ ਪਏ, ਅੰਕਲ ਨੂੰ ਪੁੱਛਦੇ ਹਾਂ ਕਿ ਆ ਕਾਪੀ ਪੈਨ ਕਿੰਨੇ ਲਊਗੇ। ਵੈਸੇ ਮੈਂ 15-15 ਵੇਖ ਜਾਵੇ ਸਹੀ ਆ, 30 ਰੁਪਏ ਮਿਲ ਜੂਗੇ, ਅਤੇ ਅੰਕਲ ਨਾਲ ਗੱਲ ਕਰਦੇ ਹਾਂ। ਆ ਜਾਓ। ਸਤਿ ਸ਼੍ਰੀ ਅਕਾਲ ਅੰਕਲ ਜੀ, ਹੋਰ ਸੁਣਾਓ ਅੰਕਲ? ਬਸ ਠੀਕ ਹੈ, ਠੀਕ ਠਾਕ। ਅੰਕਲ ਆ ਕਾਪੀ ਪੈਨ ਅੰਕਲ ਵੇਚਦੇ ਪਏ ਆਪਾਂ, ਲਊਂਗੇ ਅੰਕਲ ਕਾਪੀ ਪੈਨ? ਕਿਹੜੀ ਕਾਪੀ ਪੈਨ? ਆਹ ਕਾਪੀ ਆ ਅਤੇ ਆਹ ਪੈਨ ਆ। ਹਾਂਜੀ, ਇਹਨੂੰ ਅੰਕਲ ਖਰੀਦੋਗੇ ਤੁਸੀਂ? ਖਰੀਦੋਗੇ? 30 ਰੁਪਏ ਦੀ ਦੋਨੋਂ? ਯਾਰ ਮੈਂ ਕੋਈ ਪੜਦਾ ਥੋੜਾ ਹੈਗਾ। ਹਾਂਜੀ, ਜੇ ਮੈਂ ਪੜਦਾ ਹੁੰਦਾ ਤਾਂ ਮੈਂ ਤੁਹਾਨੂੰ ਤੇ ਤੋਂ 10 ਰੁਪਏ ਦੇ ਦਿੰਦਾ। ਹਾਂਜੀ, ਮੇਰਾ ਤਾਂ ਕੰਮ ਉੱਧਰ ਲਾਇਆ। ਬਿਲਕੁਲ ਉਹਦਾ ਠੀਕ ਹੈ ਅੰਕਲ। ਨਹੀਂ ਆਪਾਂ ਚੈਲੰਜ ਬਣਾਉਂਦੇ ਪਏ ਨਾ, ਆਪਾਂ ਇੱਕ ਜਿੱਦਾਂ 1 ਰੁਪਏ ਤੋਂ ਆਪਾਂ ਸਟਾਰਟ ਕੀਤਾ ਸੀਗਾ, ਅਤੇ 1 ਰੁਪਏ ਨੂੰ ਆਪਾਂ 1000 ਰੁਪਏ ਤੱਕ ਲੈ ਕੇ ਜਾਣਾ ਵਾ, ਅਤੇ 1 ਰੁਪਏ ਦਾ ਖਰੀਦੂਗੇ ਅੰਕਲ? ਖਰੀਦੂਗੇ ਮੈਂ ਕਿਹਾ। ਕਾਹਦੇ ਵਾਸਤੇ? ਰੱਖ ਲਓ ਅੰਕਲ ਕੋਲ ਆਪਣੇ ਕੋਲ। ਮੈਂ ਕਿਹੜਾ ਕੋਈ ਪੜਦਾ ਹੈਗਾ। ਚਲੋ ਕੋਈ ਗੱਲ ਨਹੀਂ ਅੰਕਲ, ਹੁਣ ਅੱਗੇ ਅੱਗੇ ਜਾ ਕੇ ਟਰਾਈ ਕਰਦੇ ਹਾਂ। ਨਹੀਂ ਨਹੀਂ ਅੰਕਲ ਕੋਈ ਗੱਲ ਨਹੀਂ, ਠੀਕ ਆ। ਯਾਰ ਪਿੱਛੇ ਨਾ ਅੰਕਲ ਨੂੰ ਪੁੱਛਿਆ ਸੀਗਾ, ਅੰਕਲ ਕਹਿੰਦੇ ਕਿ ਜੇ ਮੈਂ ਪੜ੍ਹਦਾ ਹੁੰਦਾ ਤਾਂ ਮੈਂ ਤੁਹਾਡੇ ਕਾਪੀ ਲੈਣੀ ਸੀ। ਅੰਕਲ ਦੀ ਗੱਲ ਵੀ ਸਹੀ ਆ, ਸਾਨੂੰ ਨਾ ਉਹ ਉਸ ਬੰਦੇ ਨੂੰ ਸੇਲ ਕਰਨੀ ਚਾਹੀਦੀ ਚੀਜ਼, ਜਿਹੜਾ ਬੰਦਾ ਜਿੱਦਾਂ ਕੋਈ ਸਟੂਡੈਂਟ ਹੋਵੇ ਜਾਂ ਫਿਰ ਕਿਤੇ ਪੜ੍ਹਦਾ ਹੋਵੇ ਉਹੀ ਚੀਜ਼ ਲੈ ਸਕਦਾ ਹੈ ਨਾ। ਹੁਣ ਸਾਨੂੰ ਦੇਖਣਾ ਪੈਣਾ ਕੋਈ ਇੱਥੇ ਮੁੰਡਾ ਮੁੰਡਾ ਹੋਵੇ ਜਾਂ ਫਿਰ ਹੈ ਨਾ। ਅੰਕਲ ਕਹਿੰਦੇ ਮੇਰਾ ਕੰਮ ਤਾਂ ਇਹ ਆ, ਹੁਣ ਮੈਂ ਕੀ ਕਰਨੀ ਕਾਪੀ ਪੈਨ? ਅੰਕਲ ਦੀ ਗੱਲ ਵੀ ਸਹੀ ਹੈ ਯਾਰ, ਅਤੇ ਹੁਣ ਲੱਭਦੇ ਇੱਥੇ ਕੋਈ ਕਾਪੀ ਸਟੂਡੈਂਟ ਕੋਈ ਮਿਲ ਜਾਵੇ, ਉਹਨੂੰ ਆਪਾਂ ਸੇਲ ਕਰੀਏ ਯਾਰ। ਯਾਰ ਇੱਥੇ ਨਾ ਮੈਂ 4-5 ਜਣਿਆਂ ਨੂੰ ਪੁੱਛਿਆ, ਕੋਈ ਕਾਪੀ ਨਹੀਂ ਲੈਂਦਾ ਪਿਆ। ਹੁਣ ਉੱਧਰ ਇੱਕ ਭਾਈ ਦੇਖਦੇ ਪਏ ਆ, ਭਾਈ ਨੂੰ ਆ ਕੇ ਪੁੱਛਦੇ ਆ ਕਾਪੀ ਮੈਂ ਲਊਗੇ ਕਿ ਨਹੀਂ। ਆ ਜਾਓ, ਆ ਜਾਓ, ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ ਆਪਾਂ ਨਾ ਕਾਪੀ ਪੈਨ ਵੇਚਦੇ ਪਏ, ਲਊਂਗੇ? ਇਹ ਭਾਅ ਜੀ 15 ਰੁਪਏ ਦੀ ਕਾਪੀ, 15 ਰੁਪਏ ਦਾ ਪੈਨ। ਇਹ ਭਾਅ ਜੀ ਕਾਪੀ ਬਹੁਤ ਸਪੈਸ਼ਲ ਆ, ਦੇਖੋ ਮਾੜਾ ਜਿਹਾ, ਦੇਖੋ ਇਹਦੇ ਨਾ ਗਿਟਾਰ ਬਣਿਆ ਪਿਆ ਆ, ਠੀਕ ਹੈ। ਇੱਥੇ ਭਾਅ ਜੀ ਲਿਖ ਵੀ ਸਕਦੇ ਹਾਂ ਆਪਾਂ, ਕੰਮ ਦੀ ਹੈ ਭਾਅ ਜੀ ਉਹ ਕਾਪੀ। ਇਹ ਭਾਅ ਜੀ 15 ਰੁਪਏ ਦੀ ਕਾਪੀ ਮਿਲ ਜਾਏਗੀ ਤੁਹਾਨੂੰ, ਮਾਰਕੀਟ 'ਚ ਮਹਿੰਗੀ ਮਿਲਦੀ ਪਰ ਆਪਾਂ ਤੁਸੀਂ ਸਸਤੀ ਲੈਂਦੇ ਹਾਂ ਕਾਪੀ। ਹਾਂਜੀ, ਦੋਨੋਂ ਚੀਜ਼ਾਂ ਲੈਣੀਆਂ ਹੋਵੇ ਜੇ, ਇਹ ਕੋਂਬੋ ਭਾਅ ਜੀ ਤੁਸੀਂ 40 ਰੁਪਏ ਦਾ ਕਰ ਲਓ ਕੋਂਬੋ। ਚਲੋ ਤੁਸੀਂ 30 ਰੁਪਏ ਦੇ ਦਿਓ, ਕੋਈ ਗੱਲ ਨਹੀਂ। 15 ਰੁਪਏ ਦੀ ਕਾਪੀ, 15 ਰੁਪਏ ਦਾ ਪੈਨ। ਕਾਪੀ ਬਹੁਤ ਸਪੈਸ਼ਲ ਆ ਭਾਅ ਜੀ, ਦੇਖੋ ਆਹ ਰੇਟ ਵੀ ਲਿਖਿਆ 15 ਰੁਪਏ ਪਿੱਛੇ, ਇਹ 15 ਰੁਪਏ ਦਾ ਪੈਨ। ਆਲੂ ਭਾਅ ਜੀ, ਠੀਕ ਹੈ ਭਾਅ ਜੀ? ਚਲੋ ਹੁਣ ਫਾਈਨਲੀ ਟ੍ਰੇਡ ਸਕਸੈਸਫੁਲ ਹੋ ਗਈ ਆ ਭਾਅ ਜੀ। ਨਹੀਂ ਇੱਦਾਂ ਨਾ ਕਰੋ ਭਾਅ ਜੀ, ਪੈਸੇ ਬਹੁਤ ਲੋੜ, 50 ਰੁਪਏ ਅਤੇ ਹੁਣ ਫਾਈਨਲੀ 50 ਰੁਪਏ ਮਿਲ ਗਏ ਆ ਯਾਰ। ਥੈਂਕ ਯੂ ਭਾਅ ਜੀ ਬਹੁਤ ਬਹੁਤ, ਮੈਨੂੰ ਘੰਟਾ ਹੋ ਗਿਆ ਕਾਪੀ ਕੋਈ ਲੈਂਦਾ ਨਹੀਂ ਪਿਆ ਸੀਗਾ, ਭਾਈ ਨੇ ਫਾਈਨਲੀ ਕਾਪੀ ਲੈ ਲਈ ਆ। ਹੁਣ 50 ਰੁਪਏ ਦਾ ਆਪਾਂ ਦੇਖਦੇ ਹਾਂ ਹੁਣ ਕੀ ਲਈਏ, ਭਾਈ ਨੂੰ ਪੁੱਛ ਲਈਏ ਭਾਅ ਜੀ 50 ਰੁਪਏ ਦਾ ਆਪਾਂ ਕੀ ਲਈਏ ਅੱਗੇ। ਹੁਣ ਹੋਰ ਇੱਦਾਂ ਕਰਦੇ ਹਾਂ, ਕੋਈ ਚੀਜ਼ ਲੈ ਕੇ ਭਾਈ ਨੂੰ ਵੇਚ ਦਿੰਦੇ ਹਾਂ ਅੱਗੇ, ਅਤੇ ਠੀਕ ਆ। ਹੁਣ ਕੀ ਲਈਏ ਇਹਦਾ ਭਾਅ ਜੀ?
ਖਾਣ ਪੀਣ ਨੂੰ ਚਲੋ ਹੁਣ ਭਾਈ ਨੇ ਖਾਣ ਪੀਣ ਨੂੰ ਕਿਹਾ ਆ ਤੇ ਹੁਣ ਦੇਖਦੇ ਹਾਂ ਹਨਾ ਠੀਕ ਆ ਭਾਜੀ ਠੀਕ ਆ ਭਰਾ ਓਕੇ ਯਾਰ ਮਸੀ ਜਾ ਕੇ ਨਾ 50 ਰੁਪਏ ਬਣੇ ਸੀਗੇ ਤੇ ਦਿੱਕਤ ਪਤਾ ਕੀ ਆਈ ਇੱਕ ਤਾਂ ਹੁਣ ਸਮਝ ਨਹੀਂ ਆ ਰਿਹਾ ਸੀ 50 ਰੁਪਏ ਦਾ ਕੀ ਲਈਏ ਜਿਹਨੂੰ ਆਪਾਂ ਅੱਗੇ ਵੇਚ ਸਕੀਏ ਤੇ ਇੱਕ ਤਾਂ ਹਨੇਰਾ ਵੀ ਬਹੁਤ ਪੈ ਗਿਆ ਆ ਤੇ ਉੱਦਾਂ ਅਸੀਂ ਚੈਲੰਜ ਲੇਟ ਸਟਾਰਟ ਕੀਤਾ ਸੀ ਜਿਸ ਕਰਕੇ 50 ਰੁਪਏ ਤੱਕ ਹੀ ਬਣ ਸਕੇ ਬਟ ਕੋਈ ਗੱਲ ਨਹੀਂ ਯਾਰ ਅਸੀਂ 1 ਰੁਪਏ ਤੋਂ 50 ਰੁਪਏ ਦਾ ਬਣਾਏ ਆ ਨਾ ਅਗਲੀ ਵਾਰੀ ਅਸੀਂ ਇਹ ਤੋਂ ਹੀ ਸਟਾਰਟ ਕਰਾਂਗੇ ਮੈਨੂੰ ਖਰਚਾਂਗਾ ਨਹੀਂ ਪੈਸਿਆਂ ਨੂੰ ਇਹਨੂੰ ਸਾਂਭ ਕੇ ਰੱਖਾਂਗਾ ਤੇ ਅਗਲੀ ਵਾਰੀ 50 ਰੁਪਏ ਜੋ ਸਟਾਰਟ ਕਰਾਂਗੇ ਤੇ ਇਹਨੂੰ 500 ਜਾਂ ਫਿਰ 1000 ਰੁਪਏ ਤੱਕ ਲੈ ਕੇ ਜਾਵਾਂਗੇ ਠੀਕ ਆ ਤੇ ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਯਾਰ ਅਸੀਂ ਇਹ 50 ਰੁਪਏ ਦਾ ਕੀ ਲਈਏ ਜਿਸ ਨੂੰ ਆਪਾਂ ਅੱਗੇ ਵੇਚ ਸਕੀਏ ਤੇ ਪ੍ਰੋਫਿਟ ਹੋ ਸਕੇ ਸੋ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਘੈਂਟ 'ਚ ਵਲੌਗ ਵਿੱਚ ਯਾਰ ਚੈਨਲ 'ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਥੱਲੇ ਲਾਈਕ ਹੋਣਾ ਆ ਉਹਨੂੰ ਜ਼ਰੂਰ ਦੱਬ ਦਿਓ ਅਤੇ ਇੱਦਾਂ ਦੀ ਘੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਦਿਓ ਅਤੇ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਘੈਂਟ 'ਚ ਵਲੌਗ ਵਿੱਚ ਤਦ ਤੱਕ ਲਈ ਧੰਨਵਾਦ।